कैसे जैसे टीवी देख रहे सारे दर्शकों नूं मेरे यानी समरीत बाजवा वालों प्यार भरी सत श्री अकाल। कैसे जैसे टीवी ते मैं तुहाडे लई एक नवा शो लैके आई हुई हां जिसका नाम है जी सजरी दस्तक। इस शो के पहले जिहड़े एपीसोड सीगे उस दे विच वी असीं खालसा कॉलेज नाल जुड़े हुए कुछ स्टूडेंट्स नूं तुहाडे सामने लैके आए सी। सो अज मेरे नाल एक खास स्टूडेंट ने, तुहानूं दस दिंदी हां कि कोई बिजनेस मॉडल नहीं रखण वाले तुहाडे सामने। अज तुहाडे सामने मैं दसण जा रही हां कि किवें कोई स्टूडेंट बन सकदा है जी एडीओ यानी कि एग्रीकल्चर डिवेलपमेंट ऑफिसर। सो आओ इन्हां नाल गलबात करदे आं ते जानदे आं इन्हां दी जर्नी बारे। सत श्री अकाल विक्रम। सत श्री अकाल मैम। विक्रम सब तो पहलां तां स्वागत है केसीजीसी टीवी ते। थैंक यू मैम, थैंक यू सो मच। विक्रम पहलां तां इह दसो कि तुहानूं लगदा है कि लाइफ दे विच जो तुसीं सोचिया सी ओह तुसीं अचीव कर चुके हो? काफ़ी हद तक मैं अचीव कर चुका पर हाँ मैं होर मेरे बहुत वड्डे सुपने सी। मैं एक्चुअली पीएचडी करना चाहुंदा सी ते मैनूं लगदा कि मैं जल्दी ओह वी अचीव कर लवांगा। ਤੁਹਾਨੂੰ ਦੱਸਦਾ ਦਰਸ਼ਕੋ ਕਿ ਵਿਕਰਮ ਨੇ ਜਿਹੜੀ ਆਪਣੀ ਐਗਰੀਕਲਚਰ ਸੀ ਗ੍ਰੈਜੂਏਸ਼ਨ ਐਗਰੀਕਲਚਰ ਦੀ ਉਹ ਖਾਲਸਾ ਕਾਲਜ ਅੰਮ੍ਰਿਤਸਰ ਦੇ ਐਗਰੀਕਲਚਰ ਡਿਪਾਰਟਮੈਂਟ ਤੋਂ ਕੀਤੀ ਆ। ਸੋ ਕਿਵੇਂ ਦਾ ਐਕਸਪੀਰੀਅੰਸ ਸੀਗਾ ਖਾਲਸਾ ਕਾਲਜ ਦੇ ਐਗਰੀਕਲਚਰ ਡਿਪਾਰਟਮੈਂਟ ਦਾ? ਖਾਲਸਾ ਕਾਲਜ ਦੇ ਐਗਰੀਕਲਚਰ ਡਿਪਾਰਟਮੈਂਟ ਦਾ ਐਕਸਪੀਰੀਅੰਸ ਕਾਫੀ ਵੱਖਰਾ ਸੀ ਕਿਉਂਕਿ ਇੱਥੇ ਸਿਰਫ ਮਤਲਬ ਆਪਾਂ ਐਗਰੀਕਲਚਰ ਦੀ ਪੜ੍ਹਾਈ ਨਹੀਂ ਕੀਤੀ, ਤੁਹਾਨੂੰ ਪਤਾ ਕਿ ਇਸ ਦੇ ਨਾਲ ਨਾਲ ਆਪਾਂ ਥੀਏਟਰ, ਸਪੋਰਟਸ, ਸੋਸ਼ਲ ਐਕਟੀਵਿਟੀਜ਼ ਬਹੁਤ ਕਾਫੀ ਕੁਛ ਚ ਆਪਾਂ ਇਨਵੋਲਵਮੈਂਟ ਰੱਖੀ ਆ। ਸੋ ਇਹੀ ਚੀਜ਼ ਸੀ ਖਾਲਸਾ ਕਾਲਜ ਦੀ ਜਿਹੜੀ ਮਤਲਬ ਬਾਕੀ ਇੰਸਟੀਟਿਊਟਸ ਨਾਲੋਂ ਜਿਹੜੀ ਇਹ ਡਿਫਰੈਂਟ ਸੀ ਤੇ ਜਿਹਨੇ ਕਾਫੀ ਹੱਦ ਤੱਕ ਪਰਸਨੈਲਿਟੀ ਡਿਵੈਲਪਮੈਂਟ ਦੇ ਵਿੱਚ ਮੇਰੀ ਜਿਹੜੀ ਹੈਲਪ ਕੀਤੀ ਹੈ। ਐਗਰੀਕਲਚਰ ਦੀ ਗੱਲ ਕਰੀਏ ਤਾਂ ਐਗਰੀਕਲਚਰ ਜਦੋਂ ਕੋਈ ਸਟੂਡੈਂਟ ਕਰਦਾ ਤਾਂ ਮੈਨੂੰ ਲੱਗਦਾ ਕਿ ਬਹੁਤ ਸਾਰੇ ਆਪਸ਼ਨਸ ਹੁੰਦੇ ਆ ਕਿਉਂਕਿ ਅਗਰ ਸਟੂਡੈਂਟ ਚਾਹੇ ਤਾਂ ਉਹ ਕਿਸੇ ਗਵਰਨਮੈਂਟ ਜੋਬ 'ਚ ਜਾ ਸਕਦਾ, ਪ੍ਰਾਈਵੇਟ ਸੈਕਟਰ 'ਚ ਜਾ ਸਕਦਾ, ਆਪਣੇ ਈਵਨ ਬਿਜ਼ਨਸ ਜਿਹੜਾ ਉਹ ਵੀ ਸ਼ੁਰੂ ਕਰਕੇ ਕੀਤਾ ਜਾ ਸਕਦਾ ਹੈ ਨਾ। ਸੋ ਤੁਸੀਂ ਏਡੀਓ ਲੱਗੇ ਐਗਰੀਕਲਚਰ ਡਿਵੈਲਪਮੈਂਟ ਆਫਿਸਰ, ਕਈ ਸਾਡੇ ਜਿਹੜੇ ਦਰਸ਼ਕ ਉਹਨਾਂ ਨੂੰ ਨਹੀਂ ਪਤਾ ਹੋਊਗਾ ਕਿ ਏਡੀਓ ਹੁੰਦਾ ਕੀ ਆ, ਸੋ ਪਲੀਜ਼ ਉਹਨਾਂ ਨੂੰ ਤੁਸੀਂ ਦੱਸੋ। ਐਗਰੀਕਲਚਰ ਡਿਵੈਲਪਮੈਂਟ ਆਫਿਸਰ ਬੇਸਿਕਲੀ ਇੱਕ ਐਕਸਟੈਂਸ਼ਨ ਵਰਕਰ ਆ, ਪ੍ਰਾਈਮਰੀਲੀ ਸਿਰਫ ਐਕਸਟੈਂਸ਼ਨ ਵਰਕਰ ਨਹੀਂ ਆ, ਉਸ ਦੇ ਨਾਲ ਨਾਲ ਉਹਦੀਆਂ ਹੋਰ ਵੀ ਕਾਫੀ ਸਾਰੀਆਂ ਜ਼ਿੰਮੇਵਾਰੀਆਂ ਹੁੰਦੀਆਂ ਜਿੱਦਾਂ ਕਿ ਕੁਆਲਿਟੀ ਕੰਟਰੋਲ, ਜਿੱਦਾਂ ਕਿ ਮੇਰਾ ਖੁਦ ਦਾ ਜਿਹੜਾ ਚਾਰਜ ਆ ਕੁਆਲਿਟੀ ਕੰਟਰੋਲ ਦਾ। ਕੁਆਲਿਟੀ ਕੰਟਰੋਲ ਦੇ ਵਿੱਚ ਕੀ ਹੁੰਦਾ ਕਿ ਤੁਸੀਂ ਸੈਂਪਲਸ ਕਲੈਕਟ ਕਰਦੇ ਹੋ ਪੈਸਟੀਸਾਈਡਸ ਦੇ, ਸੀਡਸ ਦੇ, ਫਰਟੀਲਾਈਜ਼ਰਸ ਦੇ, ਤੇ ਫਿਰ ਉਹ ਜਿਹੜੇ ਸੈਂਪਲਸ ਆ ਉਹ ਜਾਂਦੇ ਅੱਗੇ ਲੈਬ ਦੇ ਵਿੱਚ ਜਿੱਥੇ ਉਹਨਾਂ ਦੀ ਮਤਲਬ ਕਹਿ ਲਓ ਕਿ ਉਹਨਾਂ ਦੀ ਪਿਓਰਿਟੀ ਟੈਸਟ ਹੁੰਦਾ ਕਿ ਉਹ ਬਾਕੀ ਉਹ ਜਿੰਨਾ ਉਹ ਸਪੈਸੀਫਾਈਡ ਹੈ ਉਹਨਾਂ ਦੀ ਜੋ ਕੰਸੈਂਟ੍ਰੇਸ਼ਨ ਉਹ ਉਨੀ ਹੈ ਕਿ ਨਹੀਂ। ਇਸ ਤੋਂ ਇਲਾਵਾ ਜੋ ਮਤਲਬ ਐਕਸਟੈਂਸ਼ਨ ਦਾ ਕੰਮ ਹੁੰਦਾ ਉਹਦੇ 'ਚ ਆਪਾਂ ਫਾਰਮਰਸ ਨੂੰ ਅਵੇਅਰ ਕਰਦੇ ਹਾਂ, ਫਾਰਮਰ ਜੋ ਗਵਰਨਮੈਂਟ ਦੀਆਂ ਸਕੀਮਸ ਆ ਉਹਨਾਂ ਨੂੰ ਜਿਹੜੇ ਨੀਡੀ ਫਾਰਮਰਸ ਆ ਉਹਨਾਂ ਤੱਕ ਲੈ ਕੇ ਜਾਂਦੇ ਹਾਂ। ਓਕੇ, ਸੋ ਜਦੋਂ ਤੁਸੀਂ ਐਗਜ਼ਾਮ ਲਈ ਪ੍ਰੀਪਰੇਸ਼ਨ ਕਰ ਰਹੇ ਸੀ ਕਿਵੇਂ ਦੀ ਤੁਹਾਡੀ ਸਟ੍ਰੈਟੇਜੀ ਸੀ ਤੇ ਕਿਹੜੇ ਜਿਹੜੇ ਸਟੂਡੈਂਟ ਆ ਉਹ ਇਸ ਐਗਜ਼ਾਮ ਦੇ ਅਪੀਅਰ ਹੋ ਸਕਦੇ ਆ? ਇਹਦੀ ਐਸੈਂਸ਼ੀਅਲ ਜਿਹੜੀ ਕੁਆਲੀਫਿਕੇਸ਼ਨ ਆ ਉਹ ਬੀਐਸਸੀ ਐਗਰੀਕਲਚਰ ਆ। ਵੈਸੇ ਐਮਐਸਸੀ ਨੂੰ ਉਹ ਕਹਿੰਦੇ ਕਿ ਪ੍ਰੈਫਰੈਂਸ ਦਿੰਦੇ ਆ, ਬਟ ਇਹਦਾ ਕੋਈ ਕ੍ਰਾਈਟੀਰੀਆ ਨਹੀਂ ਹੁੰਦਾ ਕਿ ਕਿਸ ਤਰੀਕੇ ਨਾਲ ਪ੍ਰੈਫਰੈਂਸ ਮਿਲੂਗੀ। ਜ਼ਿਆਦਾਤਰ ਜਿੰਨੀ ਸਿਲੈਕਸ਼ਨ ਹੋਈ ਆ ਜੋ ਮੇਰੇ ਬੈਚ ਦੇ ਵਿੱਚ ਉਹ ਜ਼ਿਆਦਾ ਬੀਐਸਸੀ ਜਿਹੜੇ ਸੀਗੇ ਉਹਨਾਂ ਦੀ ਹੋਈ ਆ। ਇਹਦੀ ਬੇਸਿਕਲੀ ਪ੍ਰੈਪਰੇਸ਼ਨ ਨੋਰਮਲ ਜੋ ਤੁਸੀਂ ਐਗਰੀਕਲਚਰ ਦੇ ਸਬਜੈਕਟਸ ਪੜ੍ਹਦੇ ਹੋ ਜਿੱਦਾਂ ਕਿ ਐਗਰੋਨਮੀ, ਐਂਟੋਮੋਲੋਜੀ, ਪਲਾਂਟ ਪੈਥੋਲੋਜੀ, ਉਹ ਮਤਲਬ ਉਹੀ ਸਬਜੈਕਟਸ ਆ ਜਿਹੜੇ ਇਹਦੇ ਜੋ ਟੈਸਟ ਦੇ ਵਿੱਚ ਤੁਹਾਨੂੰ ਮਤਲਬ ਕੁਐਸਚਨ ਪੁੱਛੇ ਜਾਂਦੇ ਇਹਨਾਂ ਦੇ ਰਿਗਾਰਡਿੰਗ। ਤੇ ਇਹਦੇ ਲਈ ਕੋਈ ਖਾਸ ਤਰੀਕੇ ਦੀ ਮੈਂ ਕਹਿੰਦਾ ਕਿ ਕੋਈ ਪ੍ਰੈਪਰੇਸ਼ਨ ਦੀ ਲੋੜ ਨਹੀਂ ਹੈ ਕਿਉਂਕਿ ਤੁਸੀਂ ਕੋਈ ਕੋਚਿੰਗ ਜੁਆਇਨ ਕਰੋ ਜਾਂ ਕੁਛ ਏਦਾਂ ਦਾ। ਤੁਸੀਂ ਜੋ ਤੁਸੀਂ ਮਤਲਬ ਆਪਣੇ ਕੋਰਸ ਵਰਕ ਚ ਪੜ੍ਹਿਆ ਅਗਰ ਤੁਸੀਂ ਤੁਹਾਡੇ ਕੋਨਸੈਪਟਸ ਕਲੀਅਰ ਨੇ ਤਾਂ ਯੂ ਕੈਨ ਈਜ਼ੀਲੀ ਸਕੋਰ ਵੈਲ। ਅੱਛਾ, ਮੈਨੂੰ ਇੱਕ ਗੱਲ ਦੱਸੋ ਕਿ ਤੁਸੀਂ ਪਹਿਲਾਂ ਹੀ ਸੋਚਿਆ ਸੀਗਾ ਕਿ ਗ੍ਰੈਜੂਏਸ਼ਨ ਤੋਂ ਬਾਅਦ ਸਿਰਫ ਏਡੀਓ ਦਾ ਐਗਜ਼ਾਮ ਦੇਣਾ ਹੈ ਐਂਡ ਦੈਟਸ ਇਟ, ਕਿ ਤੁਸੀਂ ਕੋਈ ਐਮਐਸਸੀ ਦੀ ਪ੍ਰੀਪਰੇਸ਼ਨ ਕੁਝ ਕੀਤਾ? ਮੈਂ ਐਕਚੁਅਲੀ ਮੈਂ ਬੀਐਸਸੀ ਤੋਂ ਬਾਅਦ ਐਮਐਸਸੀ ਨਾਲ ਨਾਲ ਸਟਾਰਟ ਕਰਤੀ ਸੀ। ਮੇਰੀ ਐਂਟੋਮੋਲੋਜੀ ਦੇ ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਚੋਂ ਜਿਹੜੀ ਹੈ ਐਂਟੋਮੋਲੋਜੀ ਦੀ ਐਮਐਸਸੀ ਸਟਾਰਟ ਕਰਤੀ ਸੀ। ਅੱਛਾ, ਤੁਸੀਂ ਇਸ ਤੋਂ ਬਾਅਦ ਐਮਐਸਸੀ ਸ਼ੁਰੂ ਕਰ ਚੁੱਕੇ ਸੀ? ਉਹ ਮੈਂ ਕਰ ਚੁੱਕਾ ਸੀ ਐਂਡ ਪਹਿਲੇ ਸਾਲ ਦੇ ਵਿੱਚ ਹੀ ਜੋ ਏਡੀਓ ਦੀ ਐਡਵਰਟਾਈਜ਼ਮੈਂਟ ਆ ਗਈ। ਮੈਂ ਇਹ ਸੁਣਿਆ ਕਿ ਤੁਹਾਡਾ ਜਿਹੜਾ ਰੈਂਕ ਸੀਗਾ ਪੀਯੂ ਦੇ ਉਹ ਵੀ ਪਹਿਲਾ ਰੈਂਕ ਸੀਗਾ ਤੇ ਤੁਹਾਨੂੰ ਸਕਾਲਰਸ਼ਿਪ ਵੀ ਮਿਲੀ ਸੀ। ਮੈਨੂੰ ਉੱਥੇ ਜੀਕੇ ਬਿੰਦਰਾ ਫੈਲੋਸ਼ਿਪ ਜਿਹੜੀ ਆ ਉਹ ਮਿਲੀ ਸੀ ਉੱਥੇ ਤੇ ਮੇਰਾ ਉੱਥੇ ਪਹਿਲਾ ਰੈਂਕ ਸੀ। ਐਂਡ ਇੰਟਰਸਟਿੰਗ ਗੱਲ ਇਹ ਕਿ ਜੋ ਮੈਂ ਪ੍ਰੈਪਰੇਸ਼ਨ ਐਮਐਸਸੀ ਦੇ ਦੌਰਾਨ ਕੀਤੀ ਜੀ ਸੇਮ ਮਤਲਬ ਜੋ ਆ ਸਿਲੇਬਸ ਚੋਂ ਜਿਹੜਾ ਏਡੀਓ ਦਾ ਐਂਟਰੈਂਸ ਐਗਜ਼ਾਮ ਆਇਆ ਤੇ ਮੈਨੂੰ ਕੋਈ ਏਡੀਓ ਲਈ ਕੋਈ ਖਾਸ ਜਿਹੜੀ ਆ ਪ੍ਰੈਪਰੇਸ਼ਨ ਕਰਨ ਦੀ ਲੋੜ ਨਹੀਂ ਪਈ। ਇਹਦਾ ਮਤਲਬ ਇਹ ਵੀ ਨਹੀਂ ਕਿ ਮਿਹਨਤ ਨਹੀਂ ਸੀ। ਐਮਐਸਸੀ ਦੇ ਐਂਟਰੈਂਸ ਦੇ ਟਾਈਮ ਮੈਂ ਬਹੁਤ ਜ਼ਿਆਦਾ ਮਿਹਨਤ ਮਤਲਬ ਸਿਰ ਤੋੜ ਮਿਹਨਤ ਕੀਤੀ ਸੀ। ਲਾਈਕ ਉਦੋਂ ਅਸੀਂ 10-10 ਘੰਟੇ 12-12 ਘੰਟੇ ਦਿਨ ਵਿੱਚ ਦੀ ਪੜ੍ਹਦੇ ਹੁੰਦੇ ਸੀ। ਸਾ ਉਹ ਜੋ ਮਤਲਬ ਜੋ ਉਸ ਟਾਈਮ ਜੋ ਮੈਂ ਕੋਨਸੈਪਟਸ ਆਪਣੇ ਕਲੀਅਰ ਕਰ ਲਏ ਉਹਨੇ ਬਹੁਤ ਜ਼ਿਆਦਾ ਹੈਲਪ ਕੀਤੀ ਮੇਰੀ।
ਬਹੁਤ ਛੋਟੀ ਉਮਰੇ ਮੈਂ ਕਹਾਂਗੀ ਕਿ ਤੁਸੀਂ ADO ਬਣ ਗਏ, ਕਿਉਂਕਿ ਕਈ ਵਾਰੀ ਕੁਝ ਸਟੂਡੈਂਟ ਹੁੰਦੇ ਆ ਗ੍ਰੈਜੂਏਸ਼ਨ ਤੋਂ ਬਾਅਦ ਡਰੋਪ ਆਊਟ ਕਰਦੇ ਆ, 2-3 ਸਾਲ ਲੱਗ ਜਾਂਦੇ ਆ, ਫਿਰ ਵੀ ਕਈ ਵਾਰੀ ਉਹ ਚੀਜ਼ ਅਚੀਵ ਨਹੀਂ ਕਰ ਪਾਉਂਦੇ। ਸੋ ਮੈਨੂੰ ਇੱਕ ਗੱਲ ਦੱਸੋ ਕਿ ਮੋਸਟਲੀ ਸਟੂਡੈਂਟ ਸੋਚਦੇ ਆ ਕਿ ਇਹਦੇ ਲਈ ਸਾਨੂੰ ਬਹੁਤ ਪੜ੍ਹਨਾ ਪੈਣਾ, ਦੈਟ ਮੀਨਸ ਕਿ ਵੀ ਹੈਵ ਟੂ ਅਟੈਂਡ ਰੈਗੂਲਰ ਕਲਾਸਿਸ, ਅਸੀਂ ਕੋਈ ਬੰਕ ਨਾ ਕਰੀਏ, ਹੈ ਨਾ, ਕੋਈ ਐਕਟੀਵਿਟੀ ਵਿੱਚ ਪਾਰਟੀਸਪੇਟ ਨਾ ਕਰੀਏ। ਪਬਲਿਕ ਡੀਲਿੰਗ ਦੀ ਯੂ ਨੋ ਤੁਹਾਡੇ ਕੋਲ ਕੁਆਲਿਟੀ ਹੋਣੀ ਚਾਹੀਦੀ ਹੈ, ਐਂਡ ਜਿੰਨਾ ਟਾਈਮ ਤੁਸੀਂ ਸੋਸ਼ਲਾਈਜ਼ ਨਹੀਂ ਹੁੰਦੇ, ਤੁਸੀਂ ਮਤਲਬ ਸਿਰਫ ਕਲਾਸਰੂਮ ਦੇ ਵਿੱਚ ਹੀ ਵੜੇ ਰਹਿੰਦੇ ਹੋ, ਤੁਸੀਂ ਇਹ ਜੋਬ ਨਹੀਂ ਕਰ ਸਕਦੇ। ਤੇ ਮਤਲਬ ਜੋ ਤੁਸੀਂ ਐਕਸਟਰਾ ਕਰੀਕੁਲਰ ਐਕਟੀਵਿਟੀਜ਼ ਕਰਦੇ ਹੋ, ਲਾਈਕ ਜਿੱਦਾਂ ਮੈਂ ਥੀਏਟਰ ਕੀਤਾ ਸੀ, ਐਂਡ ਇੱਥੇ ਮੈਂ ਬੜੀ ਇੰਟਰਸਟਿੰਗ ਗੱਲ ਦੱਸਣੀ ਚਾਹੂੰਗਾ ਕਿ ਜਿੱਦਾਂ ਮੇਰੀ ਇੰਟਰਵਿਊ ਸੀ, ਤਾਂ ਜਿੱਦਾਂ ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਮਤਲਬ ਥੀਏਟਰ ਕੀਤਾ ਨਾਲ ਨਾਲ ADO ਦੇ ਇੰਟਰਵਿਊ ਦੀ, ADO ਦੀ ਇੰਟਰਵਿਊ ਦੀ, ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਨਾਲ ਨਾਲ ਥੀਏਟਰ ਕੀਤਾ ਸਟੱਡੀ ਦੇ ਨਾਲ ਨਾਲ, ਤੇ ਉਹ ਬੜੀ ਇਸ ਚੀਜ਼ ਤੋਂ ਇੰਪ੍ਰੈਸ ਹੋਏ। ਤੇ ਫਿਰ ਉਹਨਾਂ ਨੇ ਉਸ ਚੀਜ਼ ਦੇ ਰਿਗਾਰਡਿੰਗ ਕੁਐਸਚਨਸ ਵੀ ਕੀਤੇ ਮੈਨੂੰ ਕਿ ਉਹਨਾਂ ਨੇ ਨਾਟਕਾਂ ਬਾਰੇ ਪੁੱਛਿਆ, ਨਾਟਕਕਾਰਾਂ ਬਾਰੇ ਪੁੱਛਿਆ, ਅੰਮ੍ਰਿਤਸਰ ਦੇ ਨਾਟਕਕਾਰ। ਅੱਛਾ, ਤੁਹਾਡਾ ਜਿਹੜਾ ਮਤਲਬ ਇੰਟਰਵਿਊ ਦੇ ਵਿੱਚ ਸ਼ਿਫਟ ਹੋ ਗਿਆ ਤੁਹਾਡੇ ਥੀਸਿਸ ਸਬਜੈਕਟ ਤੋਂ ਥੀਏਟਰ ਵੱਲ? ਥੀਏਟਰ ਵੱਲ, ਓਕੇ ਓਕੇ। ਮਤਲਬ ਮੇਰੇ ਦੋ ਹੀ ਇੰਟਰਸਟ ਰਹੇ ਆ, ਥੀਏਟਰ ਤੇ ਰਿਸਰਚ, ਤੇ ਮੈਨੂੰ ਅੱਧੇ ਘੰਟੇ ਦੀ ਇੰਟਰਵਿਊ ਦੇ ਵਿੱਚ ਇਹਨਾਂ ਦੋ ਚੀਜ਼ਾਂ ਰਿਗਾਰਡਿੰਗ ਹੀ ਕੁਐਸਚਨਸ ਪੁੱਛੇ ਗਏ। ਮਤਲਬ ਮੈਂ ਬਹੁਤ ਖੁਸ਼ਕਿਸਮਤੀ ਕਹਿ ਲਓ ਇਹਨੂੰ, ਜਾਂ ਕਹਿ ਲਓ ਕਿ ਮੈਂ ਮਤਲਬ ਜੋ ਮਤਲਬ ਮੇਰਾ ਕੌਨਫੀਡੈਂਸ ਸੀ ਉੱਥੇ, ਮੈਂ ਗੱਲਬਾਤ ਨੂੰ ਲੈ ਕੇ ਉਸ ਉਧਰ ਲੈ ਕੇ ਚਲਾ ਗਿਆ ਗੱਲ ਨੂੰ। ਸੋ ਸਮ ਹਾਓ ਆਪਾਂ ਕਹਿ ਸਕਦੇ ਹਾਂ ਕਿ ਜੋ ਤੁਸੀਂ ਮਤਲਬ ਐਕਸਪੀਰੀਅੰਸ ਲਿਆ, ਮਤਲਬ ਤੁਸੀਂ ਥੀਏਟਰ ਵੀ ਕੀਤਾ, ਤੁਸੀਂ ਸਟਰੀਟ ਪਲੇਸ ਕੀਤੇ, ਸੋਸ਼ਲ ਵਰਕ ਕੀਤਾ, ਤੁਸੀਂ ਈਵਨ ਮੈਂ ਸੁਣਿਆ ਤੁਸੀਂ ਐਗਰੀਕਲਚਰ ਦੇ ਵਿੱਚ ਕੁਝ ਬੱਚਿਆਂ ਨੂੰ ਪੜ੍ਹਾਉਂਦੇ ਵੀ ਰਹੇ ਹੋ ਆਪਣੇ ਟਾਈਮ ਦੇ ਵਿੱਚ, ਕੁਝ ਤੁਸੀਂ ਸ਼ੁਰੂ ਕੀਤਾ ਹੋਇਆ ਸੀ। ਹਾਂਜੀ ਹਾਂਜੀ। ਸੋ ਉਹ ਚੀਜ਼ਾਂ ਤੁਹਾਨੂੰ ਹੈਲਪ ਕੀਤੀਆਂ ਇੰਟਰਵਿਊ ਦੇ ਵਿੱਚ? ਬਹੁਤ ਜ਼ਿਆਦਾ ਹੈਲਪ ਕੀਤਾ ਉਹਨੇ। ਮਤਲਬ ਇੱਕ ਤਾਂ ਕੌਨਫੀਡੈਂਸ ਬਿਲਡ ਕਰਨਾ ਇੱਕ ਵੱਖਰੀ ਗੱਲ ਹੈ। ਹਾਂਜੀ। ਮਤਲਬ ਤੁਹਾਡੀ ਓਵਰਆਲ ਜੋ ਪਰਸਨੈਲਿਟੀ ਡਿਵੈਲਪ ਹੁੰਦੀ ਹੈ ਬਹੁਤ ਜ਼ਿਆਦਾ। ਲਾਈਕ ਮੈਂ ਬਹੁਤ ਜ਼ਿਆਦਾ ਇੰਟਰੋਵਰਟ ਹੁੰਦਾ ਸੀ ਜਦੋਂ ਮੈਂ ਕਾਲਜ ਦੇ ਵਿੱਚ ਆਇਆ ਸੀ, ਮੇਰੀ ਆਵਾਜ਼ ਨਹੀਂ ਨਿਕਲਦੀ ਹੁੰਦੀ ਸੀ, ਸ਼ਾਇਦ ਤੁਹਾਨੂੰ ਪਤਾ ਹੀ ਹੈ ਤੁਸੀਂ। ਤੇ ਮਤਲਬ ਥੀਏਟਰ ਤੋਂ ਬਾਅਦ ਆਈ ਵਾਜ਼ ਲਾਈਕ, ਮੈਂ ਇੱਕ ਲਾਸਟ ਈਅਰ ਦੇ ਵਿੱਚ ਮੈਂ ਇੱਕ ਕੋਈ ਸਪੀਚ ਦਿੱਤੀ ਸੀ, ਤੇ ਉਸ ਟਾਈਮ ਮਾਈਕ ਦੀ ਜਿਹੜੀ ਇਲੈਕਟ੍ਰਿਸਿਟੀ ਚਲੀ ਗਈ, ਤੇ ਮੈਂ ਬਿਨਾਂ ਮਾਈਕ ਤੋਂ ਪੂਰੇ ਹਾਲ ਦੇ ਵਿੱਚ ਲੋਕਾਂ ਨੂੰ ਐਡਰੈਸ ਕੀਤਾ ਸੀ, ਐਂਡ ਇਹ ਚੀਜ਼ ਸਿਰਫ ਥੀਏਟਰ ਨਾਲ ਪੋਸੀਬਲ ਹੋਈ। ਐਂਡ ਮੈਂ ਬਹੁਤ ਇੱਥੇ ਮਤਲਬ ਧੰਨਵਾਦ ਕਰਨਾ ਚਾਹੂੰਗਾ ਇਮੈਨੁਅਲ ਸਰ ਦਾ, ਸਮਰੀਤ ਮੈਮ ਦਾ, ਜਿਨ੍ਹਾਂ ਨੇ ਮਤਲਬ ਮੈਨੂੰ ਤਿਆਰ ਕੀਤਾ ਇਸ ਚੀਜ਼ ਲਈ, ਐਂਡ ਡਿਪਾਰਟਮੈਂਟ ਆਲਸੋ, ਡਿਪਾਰਟਮੈਂਟ ਆਫ ਐਗਰੀਕਲਚਰ, ਪ੍ਰਿੰਸੀਪਲ, ਰਜਿਸਟਰਾਰ ਸਰ, ਸਾਰਿਆਂ ਨੇ ਮਤਲਬ ਬਹੁਤ ਮਤਲਬ ਇਹ ਖਾਲਸਾ ਕਾਲਜ ਦਾ ਜੋ ਕਰੀ ਮਤਲਬ ਜੋ ਹੈ ਨਾ ਸਿਸਟਮ ਹੈ ਜਿਹਦੇ ਵਿੱਚ ਤੁਹਾਨੂੰ ਪੜ੍ਹਾਈ ਵੀ ਨਾਲ ਨਾਲ ਕੀਤੀ ਜਾਂਦੀ ਹੈ। ਮੈਂ ਮੋਸਟਲੀ ਵੇਖਦੀ ਜਿੱਦਾਂ ਤੁਸੀਂ ਕਿਸੇ ਹੋਰ ਯੂਨੀਵਰਸਿਟੀ ਕਾਲਜਿਸ 'ਚ ਜਾਂਦੇ ਹੋ, ਉੱਥੇ ਅਕੈਡਮਿਕ ਨੂੰ ਜ਼ਿਆਦਾ ਕੀਤਾ ਜਾਂਦਾ ਬਹੁਤ ਜ਼ਿਆਦਾ। ਬਟ ਸਾਡੇ ਇੱਥੇ ਸਪੋਰਟਸ ਵਿੱਚ, ਖਾਲਸਾ ਕਾਲਜ ਦੇ ਜਿਹੜੇ ਸਟੂਡੈਂਟਸ ਸਪੋਰਟਸ ਵਿੱਚ ਬਹੁਤ ਅੱਛੇ ਨੇ, ਕਲਚਰਲ ਵਿੱਚ ਬਹੁਤ ਅੱਛੇ, ਹੁਣੇ ਹੁਣੇ ਜਿਹੜੇ ਸਟੂਡੈਂਟਸ ਆ ਉਹਨਾਂ ਨੇ ਇੰਟਰਜ਼ੋਨਲ ਦੇ ਵਿੱਚ ਓਵਰਆਲ ਟਰੋਫੀ ਜਿਹੜੀ ਆ, ਮਤਲਬ ਜਿਹੜਾ ਸੈਕਿੰਡ ਰਨਰ ਅਪ ਸੀਗੇ ਨਾਲ ਜ਼ੋਨਲ ਜਿਹੜਾ ਉਹ ਜਿੱਤ ਕੇ ਆਏ ਨੇ। ਸੋ ਮੈਨੂੰ ਲੱਗਦਾ ਕਿ ਓਵਰਆਲ ਪਰਸਨੈਲਿਟੀ ਬੱਚੇ ਦੀ ਜਿਹੜੀ ਉਹ ਗਰੂਮ ਹੁੰਦੀ ਆ ਬਹੁਤ ਜ਼ਿਆਦਾ। ਆਪਣੀ ਤੁਸੀਂ ਹੋਰ ਵੀ ਦੇਖ ਲਓ ਕਿ ਖਾਲਸਾ ਕਾਲਜ ਦੇ ਜਿਹੜੇ ਸਟੂਡੈਂਟਸ ਆ ਉਹ ਅੱਜ ਕੱਲ ਫਿਲਮਸ ਦੇ ਵਿੱਚ, ਟੀਵੀ ਸੀਰੀਅਲਸ ਦੇ ਵਿੱਚ ਆ ਰਹੇ ਆ। ਸੋ ਬਹੁਤ ਮਤਲਬ ਇੱਕ ਪ੍ਰਾਊਡ ਫੀਲ ਹੁੰਦਾ ਕਿ ਹਾਂ ਕਿ ਮੈਂ ਇੱਕ ਇਸ ਇੰਸਟੀਟਿਊਟ ਤੋਂ ਪੜ੍ਹਿਆ ਹੋਇਆ। ਸੋ ਲਾਸਟ ਤੇ ਮੈਂ ਚਾਹਾਂਗੀ ਕਿ ਤੁਸੀਂ ਸਾਡੇ ਜਿਹੜੇ ਸਟੂਡੈਂਟਸ ਸਪੈਸ਼ਲੀ ਜਿਹੜੇ ਸਾਡੇ ਨਾਲ ਜੁੜੇ ਉਹਨਾਂ ਨੂੰ ਕੋਈ ਮੈਸੇਜ ਦਿਓ। ਮੇਰਾ ਮੈਸੇਜ ਇਹ ਹੈ ਕਿ ਤੁਸੀਂ ਜੋ ਵੀ ਕਰਨਾ ਚਾਹੁੰਦੇ ਹੋ ਲਾਈਫ 'ਚ, ਮੈਂ ਨਹੀਂ ਕਹਿੰਦਾ ਕਿ ਤੁਸੀਂ ADO ਬਣੋ, ਤੁਸੀਂ ਐਗਰੀਕਲਚਰ ਕਰੋ, ਬਟ ਤੁਸੀਂ ਜੋ ਵੀ ਕਰਨਾ ਚਾਹੁੰਦੇ ਹੋ ਕੌਨਫੀਡੈਂਸ ਦੇ ਨਾਲ ਕਰੋ, ਮਿਹਨਤ ਦੇ ਨਾਲ ਕਰੋ, ਤੇ ਆਪਣੇ ਆਪ ਨੂੰ ਝੂਠ ਨਾ ਬੋਲੋ। ਸਭ ਤੋਂ ਵੱਡੀ ਗੱਲ ਇਹ ਹੈ ਕਿ ਆਪਣੇ ਆਪ ਨਾਲ ਸੱਚੇ ਰਹੋ, ਬਹਾਨੇ ਨਾ ਬਣਾਓ। ਆਪਾਂ ਆਮ ਤੌਰ ਤੇ ਆਪਾਂ ਇਹ ਦੇਖਦੇ ਕਿ ਆਪਾਂ ਆਪਣੇ ਆਪ ਨੂੰ ਹੀ ਝੂਠ ਬੋਲੀ ਜਾਂਦੇ ਕਿ ਨਹੀਂ ਅੱਜ ਮਤਲਬ ਮੀਂਹ ਪੈ ਰਿਹਾ, ਮੈਂ ਇਹ ਕੰਮ ਨਹੀਂ ਕਰਨਾ, ਮੈਂ ਕੱਲ ਕਰੂੰਗਾ, ਕੱਲ ਕਰੇ ਸੋ ਅੱਜ ਕੱਲ, ਅੱਜ ਕਰੇ ਸੋ ਅੱਬ। ਸੋ ਮੇਰਾ ਮੈਸੇਜ ਇਹ ਹੈ ਕਿ ਜੋ ਵੀ ਕਰਨਾ ਜੀ ਤੋੜ ਮਿਹਨਤ ਦੇ ਨਾਲ ਕਰੋ, ਕੌਨਫੀਡੈਂਸ ਦੇ ਨਾਲ ਕਰੋ, ਤੇ ਇੰਜੋਏ ਕਰਕੇ ਕਰੋ। ਅੱਛਾ ਮੈਨੂੰ ਇੱਕ ਗੱਲ ਦੱਸੋ, ਤੁਸੀਂ ADO ਸੋਚਿਆ ਸੀਗਾ, ADO ਬਣ ਗਿਆ, ਦੈਟਸ ਇਟ, ਲਾਈਫ ਸੈਟ ਆ? ਨੋ, ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਮੈਂ ਸਾਇੰਟਿਸਟ ਬਣਨਾ ਚਾਹੁੰਦਾ ਸੀ, ਮੈਂ ਹਾਲੇ ਵੀ ਮੇਰਾ ਡ੍ਰੀਮ ਇਹੀ ਹੈ ਕਿ ਮੈਂ ਕਿਵੇਂ ਨਾ ਕਿਵੇਂ PhD ਕਰਕੇ ਮੈਂ ਸਾਇੰਟਿਸਟ ਬਣਨਾ। ਓਕੇ, ਮਤਲਬ ਗ੍ਰੈਜੂਏਸ਼ਨ ਹੋ ਚੁੱਕੀ ਹੈ, ਗ੍ਰੈਜੂਏਸ਼ਨ ਹੋ ਗਿਆ, ਪੋਸਟ ਗ੍ਰੈਜੂਏਸ਼ਨ ਮੈਂ ਕਰ ਲਵਾਂਗਾ, ਥੋੜੀ ਰਹਿ ਗਈ ਆ ਉਹ ਮੈਂ ਛੁੱਟੀ ਲੈ, ਤੇ ਫਿਰ ਉਸ ਤੋਂ ਬਾਅਦ ਮੈਂ PhD ਲਈ ਅਪਲਾਈ ਕਰਾਂਗਾ। ਸੋ ਦਰਸ਼ਕੋ, ਅਗਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਐਡਵਾਈਸ ਚਾਹੁੰਦੇ ਹੋ, ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਮੈਂਸ਼ਨ ਕਰ ਸਕਦੇ ਹੋ, ਤੁਸੀਂ ਡਾਇਰੈਕਟਲੀ ਵਿਕਰਮ ਨੂੰ ਕੰਟੈਕਟ ਵੀ ਕਰ ਸਕਦੇ ਹੋ ਸਾਡੇ ਥਰੂ। ਸੋ ਮੈਂ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਗੀ, ਇਵੇਂ ਵੇਖਦੇ ਰਹੋ KCGC TV, ਜਲਦੀ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ।